ਵੈਟਰਨਰੀ ਡਾਕਟਰ ਡਾਕਟਰ ਹਾਕਮ ਭੁੱਲਰ ਬਹੁਤ ਸਾਰੇ ਲੋਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਨੇ ਉਹਨਾਂ ਨੂੰ ਡਾਕਟਰ ਹਾਕਮ ਭੁੱਲਰ ਬਾਰੇ ਚੰਗੀ ਤਰ੍ਹਾਂ ਪਤਾ ਹੈ ਇਹਨਾਂ ਦੇ ਸੰਘਰਸ਼ ਬਾਰੇ ਜਿਵੇਂ ਉਹਨਾਂ ਨੇ ਸਟਰਗਲ ਕੀਤੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਇੱਥੇ ਖੁਦ ਹੀ ਐਸਟੈਬਲਿਸ਼ ਹੋਣ ਵਾਸਤੇ ਹੀ ਨਹੀਂ ਸਗੋਂ ਬਾਕੀ ਕਈ ਜਿਹੜੇ ਇੰਡੀਆ ਤੋਂ ਅਤੇ ਹੋਰ ਮੁਲਕਾਂ ਤੋਂ ਫੋਰਨ ਟ੍ਰੇਨਡ ਵੈਟਰਨੇਰੀਅਨਸ ਨੇ ਉਹਨਾਂ ਨੂੰ ਵੀ ਇੱਥੇ ਐਸਟੈਬਲਿਸ਼ ਹੋਣ ਦੇ ਵਿੱਚ ਇਹਨਾਂ ਦੀ ਸਟਰਗਲ ਨੇ ਰਾਹ ਬੜਾ ਪੱਧਰਾ ਕੀਤਾ ਹੁਣ ਇੱਕ ਹੋਰ ਸਿਚੁਏਸ਼ਨ ਇਹੋ ਜਿਹੀ ਬਣੀ ਆ ਕਿ ਜਿਹੜੇ ਫੋਰਨ ਟ੍ਰੇਨਡ ਵੈਟਰਨੇਰੀਅਨਸ ਕੈਨੇਡਾ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੈਕਟਿਸ ਕਰਨ ਦੇ ਵਾਸਤੇ ਬਹੁਤ ਸਾਰੀ ਰੁਕਾਵਟਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਇਹ ਸਿਰਫ ਵੈਟਰਨੇਰੀ ਪ੍ਰੋਫੈਸ਼ਨ ਦੇ ਨਾਲ ਨਹੀਂ ਸਗੋਂ ਜਿੰਨੇ ਵੀ ਹੋਰ ਪ੍ਰੋਫੈਸ਼ਨਸ ਨੇ ਉਹਨਾਂ ਵਾਸਤੇ ਵੀ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਰੁਕਾਵਟਾਂ ਨੇ ਕਈ ਸਟੈਪਸ ਨੇ ਜਿਨ੍ਹਾਂ ਦੇ ਵਿੱਚੋਂ ਗੁਜ਼ਰ ਕੇ ਹੀ ਤੁਸੀਂ ਇੱਥੇ ਦੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਸਥਾਪਿਤ ਹੋ ਸਕਦੇ ਹੋ ਤੁਹਾਡਾ ਆਪਣੀ ਹੋਮ ਕੰਟਰੀ 'ਚੋਂ ਐਕਸਪੀਰੀਅੰਸ ਜਿੰਨਾ ਮਰਜ਼ੀ ਹੋਵੇ ਤੁਸੀਂ ਭਾਵੇਂ ਕਿੰਨੇ ਮਰਜ਼ੀ ਉੱਥੇ ਇੱਕ ਸੈਲੀਬ੍ਰੇਟਿਡ ਵਿਅਕਤੀ ਹੋਵੋ ਆਪਣੇ ਪ੍ਰੋਫੈਸ਼ਨ ਦੇ ਵਿੱਚ ਇੱਥੇ ਆ ਕੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਵੈਟਰਨੇਰੀਅਨਸ ਦੀ ਸਮੱਸਿਆ ਸੀ ਉਹ ਵੀ ਬਾਕੀ ਦੇ ਪ੍ਰੋਫੈਸ਼ਨਸ ਨਾਲੋਂ ਕੋਈ ਬਹੁਤੀ ਵੱਖਰੀ ਨਹੀਂ ਸੀ ਭਾਵੇਂ ਉਹ ਅੰਗਰੇਜ਼ੀ ਦੀ ਰਿਕੁਆਇਰਮੈਂਟ ਨੂੰ ਲੈ ਕੇ ਹੋਵੇ ਭਾਵੇਂ ਉਹ ਕ੍ਰੈਡੈਂਸ਼ੀਅਲਸ ਨੂੰ ਰੈਕੋਗਨਾਈਜ਼ ਕਰਨ ਦੀ ਗੱਲ ਹੋਵੇ ਉਸ ਨੂੰ ਲੈ ਕੇ ਸਮੇਂ ਸਮੇਂ ਸਿਰ ਵੈਟਰਨੇਰੀਅਨਸ ਵਾਸਤੇ ਵੀ ਕਈ ਮੁਸ਼ਕਲਾਂ ਖੜੀਆਂ ਹੋਈਆਂ ਪਰ ਡਾਕਟਰ ਹਾਕਮ ਭੁੱਲਰ ਅਤੇ ਇਹਨਾਂ ਦੇ ਸਾਥੀਆਂ ਨੇ ਟਾਈਮ ਟੂ ਟਾਈਮ ਜਿਸ ਤਰ੍ਹਾਂ ਦਾ ਕੰਮ ਕੀਤਾ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਇੱਥੇ ਦੀਆਂ ਅਥਾਰਟੀਜ਼ ਕੋਲ ਆਪਣੇ ਕੇਸ ਦੀ ਰੈਪ੍ਰਜੈਂਟੇਸ਼ਨ ਕੀਤੀ ਉਹ ਆਪਣੇ ਆਪ ਦੇ ਵਿੱਚ ਉਹ ਜਿਨ੍ਹਾਂ ਨੇ ਸੁਣੀ ਹੋਈ ਹੈ ਗੱਲ ਉਹਨਾਂ ਵਾਸਤੇ ਦੁਹਰਾਉਣ ਵਾਲੀ ਵੀ ਹੈ ਅਤੇ ਜਿਹੜੇ ਨਵੇਂ ਲੋਕ ਕਾਫ਼ੀ ਆ ਗਏ ਨੇ ਬੀਤੇ ਸਵਰਿਆਂ ਦੇ ਵਿੱਚ ਉਹਨਾਂ ਨੂੰ ਸੁਣਾਉਣ ਵਾਲੀ ਵੀ ਹੈ ਕਿਉਂਕਿ ਇਹਦੇ ਵਿੱਚ ਦੇਰ ਆਰ ਮੈਨੀ ਇੰਸਪੀਰੇਸ਼ਨਲ ਫੈਕਟਰਸ ਦੈਟ ਆਰ ਹਿਡਨ ਵਿਦ ਇਨ ਦਿਸ ਸਟੋਰੀ ਸੋ ਅੱਜ ਡਾਕਟਰ ਹਾਕਮ ਭੁੱਲਰ ਦਾ ਅਸੀਂ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਭੁੱਲਰ ਸਾਹਿਬ ਥੈਂਕ ਯੂ ਫੋਰ ਕਮਿੰਗ ਟੂ ਕਨੈਕਟ ਐਫਐਮ ਹਾਂਜੀ ਸਨੀ ਸਾਹਿਬ ਸਤਿ ਸ਼੍ਰੀ ਅਕਾਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਦਿਲ ਦੀਆਂ ਗਹਿਰਾਂ ਦੀਆਂ ਚੋਂ ਸਤਿ ਸ਼੍ਰੀ ਅਕਾਲ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਜੀ 91.5 ਐਫਐਮ ਦਾ ਬਹੁਤ ਮਿਹਰਬਾਨੀ ਅਤੇ ਬੜੀ ਰੂਹ ਖੁਸ਼ ਹੋਈ ਹੈ ਦੇਖ ਕੇ ਸਾਰਾ ਸਟੂਡੀਓ ਥੈਂਕ ਯੂ ਵੈਰੀ ਮਚ ਵੈਰੀ ਬੜਾ ਪ੍ਰਾਊਡ ਫੀਲ ਕਰਨਾ ਚਾਹੀਦਾ ਮੈਨੇਜਮੈਂਟ ਨੂੰ ਜੀ ਬਹੁਤ ਮਿਹਰਬਾਨੀ ਥੈਂਕ ਯੂ ਅੱਛਾ ਹੁਣ ਸ਼ੁਰੂਆਤ ਕਰਦੇ ਹਾਂ ਜੀ ਤੁਸੀਂ ਹੁਣ ਅੱਜ ਦੀ ਤਾਰੀਖ ਵਿੱਚ ਇੱਕ ਐਸਟੈਬਲਿਸ਼ਡ ਇੱਕ ਸਤਿਕਾਰਤ ਵੈਟਰਨੇਰੀ ਡਾਕਟਰ ਹੋ ਇਸ ਇਲਾਕੇ ਦੇ ਵਿੱਚ ਜਦੋਂ ਤੁਸੀਂ ਆਏ ਸੀ ਜ਼ਾਹਿਰ ਹੈ ਕਿ ਇੰਨਾ ਸੌਖਾ ਤਾਂ ਨਹੀਂ ਸੀ ਤੁਹਾਡੇ ਵਾਸਤੇ ਵੀ ਇਸ ਪ੍ਰੈਕਟਿਸ ਦੇ ਵਿੱਚ ਸ਼ੁਰੂਆਤ ਕਰ ਸਕਣਾ ਸੋ ਕਿਸ ਤਰ੍ਹਾਂ ਰਹੀ ਸੀ ਉਹ ਸਟੋਰੀ ਕਿਸ ਤਰ੍ਹਾਂ ਦਾ ਸੰਘਰਸ਼ ਸੀ ਮੈਂ ਜਦੋਂ ਸਟਾਰਟ 91 ਚ ਆਇਆ ਜੀ ਨਵੰਬਰ ਦੇ ਵਿੱਚ ਮੇਰੇ ਐਗਜ਼ਾਮ ਤਕਰੀਬਨ 14 ਮਹੀਨੇ ਪਾਸ ਹੋਣੇ ਰਿਟਨ ਅੱਛਾ ਜੀ ਉਸ ਤੋਂ ਬਾਅਦ ਇੱਕ ਪ੍ਰੈਕਟੀਕਲ ਐਗਜ਼ਾਮ ਹੁੰਦਾ ਉਹਦੇ ਲਈ ਤੁਹਾਨੂੰ ਕਿਸੇ ਹੋਸਪਿਟਲ ਦੇ ਵਿੱਚ ਉੱਥੋਂ ਦਾ ਇਨਵਾਇਰਮੈਂਟ ਦੇਖਣਾ ਪੈਂਦਾ ਵੀ ਕਿਸ ਤਰ੍ਹਾਂ ਮੈਂ ਤਕਰੀਬਨ 70 ਹੋਸਪਿਟਲ ਚ ਗਿਆ ਇੱਥੇ ਅੱਛਾ ਜੀ ਉਹਦੇ ਚੋਂ 15 ਹੋਸਪਿਟਲ ਸੀ ਜਿਹੜੇ ਗੋਰਿਆਂ ਦੇ ਸੀ ਆਪਣਾ ਪੰਜਾਬੀ ਵੀ ਹੈ ਨੀ ਸੀ ਉਸ ਟਾਈਮ ਮੈਂ ਪਹਿਲਾਂ ਇੰਡੋ ਕੈਨੇਡੀਅਨ ਸੀ ਐਸ ਬੀ ਸੀ ਦੇ ਵਿੱਚ ਜਿਹਨੇ ਕਹਿੰਦੇ ਖੋਲੀ ਜੀ ਤੇ ਉਸ 15 ਬੰਦਿਆਂ ਨੇ ਤਕਰੀਬਨ ਮੈਨੂੰ ਮਾੜੀ ਲੈਂਗੁਏਜ ਵਰਤੀ ਵੀ ਅਸੀਂ ਨਹੀਂ ਯਾਰ ਕਰਨਾ ਐਜ਼ ਅ ਵਾਲੰਟੀਅਰ ਅੱਛਾ ਜੀ ਸੋ ਉਹ ਬੜਾ ਮੈਨੂੰ ਇੱਕ ਤੁਹਾਡੇ ਮਨ ਤੇ ਹੁੰਦਾ ਉਹ ਗੱਲ ਕਿ ਵੀ ਕੁਆਲੀਫਾਈਡ ਹੋ ਤੁਸੀਂ ਪਿੱਛੇ ਪ੍ਰੈਕਟਿਸ ਕਰਦੇ ਆ ਰਹੇ ਹੋ 4 ਸਾਲ ਇੱਥੇ ਜਿਹੜੇ ਐਗਜ਼ਾਮ ਉਹ ਵੀ ਪਾਸ ਕਰ ਲਿਆ ਕਿ ਰਿਟਨ ਤੁਹਾਡਾ ਇੱਕ ਪ੍ਰੈਕਟੀਕਲ ਐਗਜ਼ਾਮ ਆ ਉਹਦੇ ਲਈ ਤੁਹਾਨੂੰ ਦੇਖਣਾ ਪੈਂਦਾ ਸਿਸਟਮ ਨੂੰ ਫਿਰ ਉਸ ਤੋਂ ਬਾਅਦ ਮੈਂ ਜੈਵਾ ਸਟੇਟ ਯੂਨੀਵਰਸਿਟੀ ਗਿਆ ਉੱਥੋਂ ਇੰਟਰਨਸ਼ਿਪ ਕੀਤੀ ਸਾਲ ਦੀ ਅੱਛਾ ਜੀ ਤੇ ਉਸ ਤੋਂ ਬਾਅਦ ਆ ਕੇ ਉਹ ਜਿਹੜਾ ਸਾਡਾ ਪ੍ਰੈਕਟੀਕਲ ਐਗਜ਼ਾਮ ਆ ਉਹ ਪਾਸ ਹੋਇਆ ਫਿਰ ਪਹਿਲੀ ਕਲਿਨਿਕ ਖੋਲੀ 95 ਦੇ ਵਿੱਚ ਉਸ ਤੋਂ ਬਾਅਦ ਤਕਰੀਬਨ 20-22 ਕਲਿਨਿਕਾਂ ਹੋਰ ਖੋਲੀਆਂ 2 ਮਹੀਨਿਆਂ ਦੇ ਵਿੱਚ ਜੀ ਤੇ ਨਵੇਂ ਜਿੰਨੇ ਬੈਟ ਆਉਂਦੇ ਸੀ ਉਹਨਾਂ ਲਈ ਸਾਡੇ ਦਰਵਾਜ਼ੇ ਜਿੰਨੇ ਬੈਟ ਸੁਣਦੇ ਹੋਣੇ ਉਹ ਹਮੇਸ਼ਾ ਹੀ ਖੁੱਲੇ ਹੁੰਦੇ ਸੀ ਵੀ ਜਦੋਂ ਮਰਜ਼ੀ ਆਓ ਤੁਸੀਂ ਜਿਸ ਟਾਈਮ ਮਰਜ਼ੀ ਆਓ ਸੋ ਤੁਸੀਂ ਇਹ ਵੇਖਿਆ ਕਿ ਜੋ ਤੁਹਾਡੇ ਨਾਲ ਵਤੀਰਾ ਹੋਇਆ ਸੀ ਉਹ ਕਿਸੇ ਹੋਰ ਨਾਲ ਨਾ ਹੋਵੇ ਬਿਲਕੁਲ ਸੋ ਤੁਸੀਂ ਜਿੱਥੇ ਆਪਣਾ ਰਾਹ ਪੱਧਰਾ ਕੀਤਾ ਉੱਥੇ ਹੀ ਦੂਜਿਆਂ ਵਾਸਤੇ ਵੀ ਦਰਵਾਜ਼ੇ ਖੁੱਲੇ ਅੱਛਾ ਹੁਣ ਦੱਸੋ ਕਿ ਟਾਈਮ ਟੂ ਟਾਈਮ ਕੋਈ ਇਹ ਨਹੀਂ ਹੋਇਆ ਕਿ ਵੀ ਇੱਕ ਵਾਰ ਇਸ ਪ੍ਰੋਬਲਮ ਦਾ ਸੋਲੂਸ਼ਨ ਹੋ ਗਿਆ ਐਂਡ ਇਟ ਵਾਸ ਡਨ ਫੋਰ ਵਾਂਸ ਐਂਡ ਆਲ ਇਸ ਦੀਆਂ ਅਲੱਗ ਅਲੱਗ ਪਰਤਾਂ ਖੁੱਲਦੀਆਂ ਰਹੀਆਂ ਇੱਕ ਇਸ ਦੇ ਵਿੱਚ ਪਰਤ ਆਈ ਸੀ ਅੰਗਰੇਜ਼ੀ ਦੇ ਐਗਜ਼ਾਮ ਵਾਲੀ ਵੀ ਉਹਦੇ ਬਾਰੇ ਵੀ ਜ਼ਰੂਰ ਦੱਸੋ ਦੇਖੋ ਬਾਕੀ ਦੇ ਜਿੰਨੇ ਪ੍ਰੋਫੈਸ਼ਨ ਹੈ ਡੈਂਟਿਸਟ ਹੈ ਮੈਡੀਕਲ ਡਾਕਟਰ ਹੈ ਉਹਦੇ 'ਚ ਕੀ ਹੁੰਦਾ ਹੈ ਜਦੋਂ ਆਪਣੇ ਬੰਦੇ ਆ ਜਾਂਦੇ ਆ ਉਹ ਫਿਰ ਜਾ ਕੇ ਜਦੋਂ ਗੋਰਿਆਂ ਨੂੰ ਮਿਲਦੇ ਆ ਉਹਨਾਂ ਨੂੰ ਕਹਿੰਦੇ ਵੀ ਹੁਣ ਇਹਨਾਂ ਨੂੰ ਬੰਦ ਕਰੋ ਪਿੱਛੋਂ ਬਹੁਤ ਆ ਰਿਹਾ ਇਹ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੇ ਵਿੱਚ ਨੈਗੇਟਿਵ ਗੱਲ ਹੈ ਜਦੋਂ ਪਰਿਵਾਰ ਚੜ੍ਹ ਜਾਂਦੇ ਹਾਂ ਨਾ ਦੂਸਰਿਆਂ ਨੂੰ ਕਹਿੰਦਾ ਨਹੀਂ ਨਹੀਂ ਬਹੁਤ ਭੀੜ ਆ ਤੁਸੀਂ ਰਹਿਣ ਦਿਓ ਉਹ ਇਹ ਸਾਡੇ ਪ੍ਰੋਫੈਸ਼ਨ 'ਚ ਵੀ ਹੋਇਆ ਕਿ ਗੋਰਿਆਂ ਨੇ ਦੇਖਿਆ ਜਦੋਂ ਇੱਥੋਂ ਦੇ ਵਾਈਟ ਕਮਿਊਨਿਟੀ ਨੇ ਵੀ ਬਹੁਤ ਪੰਜਾਬੀ ਆ ਰਹੇ ਹੈ ਕਲਿਨਿਕਾਂ ਖੋਲ੍ਹ ਰਹੇ ਹੈ ਲੌਂਗ ਆਵਰ ਕੰਮ ਕਰਦੇ ਆ ਸਰਵਿਸ ਇਹਨਾਂ ਦੀ ਚੰਗੀ ਹੈ ਮੀਡੀਆ ਬੜਾ ਲਾਈਕ ਕਰ ਰਿਹਾ ਇਹਨਾਂ ਨੂੰ ਇੱਥੋਂ ਦਾ ਮੇਨ ਸਟ੍ਰੀਮ ਮੀਡੀਆ
ਉਸ ਤੋਂ ਬਾਅਦ ਉਹਨਾਂ ਨੇ ਇੰਗਲਿਸ਼ ਦਾ ਟੈਸਟ ਲੈਂਦਾ 100 ਵਿੱਚੋਂ 100 ਨੰਬਰ ਲੈਣੇ ਆ ਟੈਸਟ ਉਹ ਸਪੋਕਨ ਇੰਗਲਿਸ਼ ਚ ਉਹਦੇ ਲਈ ਮੈਂ $1.6 million ਦਾ ਅਵਾਰਡ ਰੱਖਿਆ ਉਹ ਮੈਨੂੰ ਕੋਲ ਸਾਨੂੰ ਛੱਪਿਆ ਵੀ ਤੁਸੀਂ 16 ਮੈਂਬਰ ਸੀਗੇ ਉਹਦੇ ਵਿੱਚ 4 ਪੰਜਾਬੀ ਸੀਗੇ ਤੇ ਤਕਰੀਬਨ 12 ਸੀਗੇ ਕੋਲੇ ਮੈਂ ਉਹਨੂੰ ਕਿਹਾ ਵੀ ਤੁਸੀਂ 16 ਦੇ 16 ਪਾਸ ਕਰ ਲਓ ਤੁਸੀਂ ਤਾਂ ਆਲਰੇਡੀ ਪ੍ਰੈਕਟਿਸਿੰਗ ਡਾਕਟਰ ਹੋ ਤੇ ਜੇ ਮੈਂ ਤੁਹਾਨੂੰ $1.6 million ਇਹ ਤੁਹਾਨੂੰ ਅਵਾਰਡ ਦਿੰਦੇ ਹਾਂ ਅਸੀਂ ਉਹ ਰੱਖ ਦਿੱਤਾ ਉਹਨਾਂ ਨੂੰ ਜਿਹੜੀ ਡਰਾਫਟ ਬਣਾ ਕੇ ਇੱਕ ਤਰ੍ਹਾਂ ਕਾਲਜ ਨੂੰ ਵੀ ਤੁਸੀਂ ਲੋਅ ਵਿੱਚ ਚੈਲੇ ਤੁਹਾਡੀ ਫੀਸ ਵੀ ਮੈਂ ਭਰਦਾ ਜੀ ਉਹਦੇ ਲਈ ਕਾਲਜ ਨੇ ਨੈਚੁਰਲੀ ਸੀ ਅਪਸੈਟ ਹੋਣਾ ਹੈ ਕਿ ਇੱਕ ਓਲਡ ਬੋਆਏ ਕਲੱਬ ਨੂੰ ਕੰਟਰੋਲ ਕਰ ਰਿਹਾ ਤੇ ਗੌਰਮੈਂਟਾਂ ਨਾਲ ਹੁੰਦੀਆਂ ਮੇਸ਼ਨ ਨਾਲ ਕਾਲਜਾਂ ਦੇ ਉੱਥੋਂ ਉਹਨਾਂ ਨੇ ਸਾਡੀ ਜਿਹੜੀ ਉਹ ਸੰਘਰਸ਼ ਸ਼ੁਰੂ ਹੋਇਆ ਤੇ ਮੈਨੂੰ ਉਹਨਾਂ ਨੇ ਬਹੁਤ ਵਾਰ ਅਪਰੋਚ ਕੀਤਾ ਵੀ ਤੈਂ ਪੈਸੇ ਬਣਾ ਲਏ ਵਧੀਆ ਕਲਿਨਿਕਾਂ ਚੱਲਦੀਆਂ ਚੰਗੀਆਂ ਤੇਰੀਆਂ ਬ੍ਰਾਂਚਾਂ ਤੈਨੂੰ ਕੋਈ ਲੋੜ ਹੈਗਾ ਮੈਂ ਇਹੀ ਪੁੱਛਣ ਲੱਗਾ ਸੀ ਵੀ ਤੁਸੀਂ ਜਦੋਂ ਆਪ ਐਸਟੈਬਲਿਸ਼ ਹੋ ਗਏ ਸੀ ਸਾਰਾ ਕੁਛ ਕਰ ਲਿਆ ਸੀ ਫਿਰ ਵੀ ਤੁਸੀਂ ਕਿਉਂ ਉਹ ਟਕੋਰ ਕਿਉਂ ਕਰਦੇ ਰਹੇ ਇਹ ਜ਼ਰੂਰੀ ਕਿਉਂ ਸੀ ਜ਼ਰੂਰੀ ਦੇਖੋ ਆਪਣੀ ਕੌਮ ਦੇ ਵਿੱਚ ਬਹਾਦਰ ਵੀ ਲੋਕ ਹੈਗੇ ਆ ਮੈਂ ਨੀ ਕਹਿੰਦਾ ਮੈਂ ਬਹਾਦਰਾਂ ਚੋਂ ਲੋਕ ਬਹਾਦਰ ਵੀ ਅਣਖੀ ਵੀ ਹੈਗੇ ਆ ਗਦਾਰ ਵੀ ਹੈਗੇ ਆ ਉਨੀ ਗਿਣਤੀ ਗਦਾਰਾਂ ਵੀ ਨਾਲ ਹੀ ਹੁੰਦੀ ਆ ਤੇ ਇਸ ਦੇ ਵਿੱਚ ਇਹ ਹੋਇਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਸੰਘਰਸ਼ ਬਿੜਦੇ ਹੋ ਤੁਹਾਡੇ ਕੋਲ 3 ਗੱਲਾਂ ਹੋਣੀਆਂ ਜ਼ਰੂਰੀ ਨੇ ਇੱਕ ਤਾਂ ਤੁਹਾਡੇ ਕੋਲ ਵੈਲਥ ਹੋਵੇ ਪਰਮਾਤਮਾ ਨੇ ਦਿੱਤੀ ਇੱਕ ਹੈਲਥ ਹੋਵੇ ਤੀਸਰਾ ਤੁਹਾਡਾ ਪਾਰਟਨਰ ਸਟਰੋਂਗ ਹੋਵੇ ਤੁਹਾਡਾ ਪਰਿਵਾਰ ਵਿੱਚ ਹੋਵੇ ਵੀ ਹਾਂ ਲੜ ਕੋਈ ਪ੍ਰੋਬਲਮ ਨਹੀਂ ਹੈ ਆਪਾਂ ਨੂੰ ਕੋਈ ਨਿਹੜੀ ਦੇਸ਼ ਕਰਨਾ ਚਾਹੀਦਾ ਆਪਾਂ ਨੂੰ 4 ਪੈਸੇ ਬਣਾ ਲਏ ਆ ਘੱਟੋ ਘੱਟ ਆਉਣ ਵਾਲੀ ਦਿਨੇਸ਼ਾਂ ਨਹੀਂ ਚਾਹੀਦੇ ਤੇ ਮੈਂ ਲੱਕੀ ਸੀ ਉਹ 3 ਗੱਲਾਂ ਮੇਰੇ ਕੋਲ ਹੈਗੀਆਂ ਸੀ ਜੀ ਸੋ ਉਹਦੇ ਕਰਕੇ ਮੈਂ $1.8 million ਵੀ ਲਾਇਆ ਆਪਣੀ ਪੋਕਟ ਚੋਂ ਜਿਹੜਾ ਕੇਸ ਚੱਲਿਆ ਲੌਂਗੈਸਟ ਕੇਸ ਇਨ ਦਾ ਵਰਲਡ ਹਿਸਟਰੀ ਹੈ ਸੋ ਜਿਹੜਾ ਇਹ ਕੇਸ ਚੱਲਿਆ ਸੀ ਉਹ ਕਿਸ ਚੀਜ਼ ਦਾ ਮੁਕੱਦਮਾ ਸੀ ਉਹ ਪਹਿਲਾਂ ਯੂਐਸ ਤੋਂ ਸਟਾਰਟ ਹੋਇਆ ਜੀ ਉਸ ਤੋਂ ਬਾਅਦ ਉਹਨਾਂ ਨੇ ਰਿਟਾਲੀਏਸ਼ਨ ਦੇ ਵਿੱਚ ਸਾਡੇ 6 ਡਾਕਟਰਾਂ ਦੇ ਇੰਡੀਅਨ ਦੇ ਕਿਸੇ ਦਾ ਸਾਲ ਲਈ 3 ਮਹੀਨਿਆਂ ਲਈ 6 ਮਹੀਨਿਆਂ ਲਈ ਤੇ ਮੈਨੂੰ ਪਰਮਾਨੈਂਟਲੀ ਰੇਜ ਕਰ ਦਿੱਤਾ ਜਸਟ ਤੋਂ ਉਹ ਸਾਡੇ ਲਾਇਸੈਂਸ ਲੈ ਲਏ ਕਿਹੜੇ ਸਾਲ ਦੀ ਗੱਲ ਹੈ ਇਹ 2009 ਦੇ ਵਿੱਚ ਲਿਆ ਜੀ ਦਸੰਬਰ ਦੇ ਵਿੱਚ ਤੇ December 5, 2009 ਨੂੰ ਲਿਆ ਸੀ ਤੇ ਫਿਰ ਮੈਂ ਹਾਈ ਕੋਰਟ ਚ ਜਾ ਕੇ 2011 ਚ ਉਹਦਾ ਫੈਸਲਾ ਆਇਆ ਉਹ ਮੈਨੂੰ ਵਾਪਸ ਮਿਲ ਗਿਆ ਤੇ ਫਿਰ ਗਾਹਲੇ ਕੋਰਟ ਚਲੇ ਗਏ ਜਾਣੀ ਲੰਮੀ ਸਟੋਰੀ ਹੈ ਵੀ ਉਸ ਤੋਂ ਬਾਅਦ ਇਹਨਾਂ ਨੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਉੱਥੋਂ ਜਿੱਤ ਗਏ ਉਹ ਕਹਿੰਦੇ ਵੀ ਤੁਸੀਂ ਬੇਟ ਫਰਕ ਹਿੰਮਤ ਆਈ ਜੀ ਹਿਊਮਨ ਰਾਈਟ ਦੇ ਜੱਜ ਨੇ ਹੋਰ 2 ਸਾਲਾਂ ਦੇ ਡਿਸੀਜਨ ਦੇਣ ਨੂੰ 4-5 ਸਾਲ ਤਾਂ ਕਲੋਜ਼ਿੰਗ ਤੋਂ ਬਾਅਦ ਆਇਆ ਡਿਸੀਜਨ ਫਿਰ ਜਦੋਂ ਡਿਸੀਜਨ ਆਇਆ ਫਿਰ ਇਹਨੂੰ ਫਿਰ ਮੈਨੂੰ ਦੇਣਾ ਪਿਆ ਲਾਇਸੈਂਸ ਵਾਪਸ ਦੇਣਾ ਪਿਆ ਉਸ ਤੋਂ ਬਾਅਦ ਇਹਨਾਂ ਨੂੰ ਮਾਫ਼ੀ ਮੰਗਣੀ ਪਈ ਤੇ ਮੇਰੇ ਤੋਂ ਪਰਿਵਾਰ ਤੋਂ ਵੀ ਅਪੋਲੋਜੀ ਕੀਤੀ ਤੇ ਮੇਰੇ ਤੋਂ ਵੀ ਕੀਤੀ ਉਹਨਾਂ ਨੇ ਆਪਦੇ ਬੈਡਪਰ ਸਾਹਿਬ ਤੇ ਵੀ ਪਾ ਕੇ ਰੱਖਿਆ ਅਪੋਲੋਜੀ ਉਹ ਸਾਰੇ ਪੇਪਰਾਂ ਛੱਪੀਆਂ ਤੇ ਪਲੱਸ ਇਹਨਾਂ ਨੇ ਹੋਰ ਕੰਫੀਡੈਂਸ਼ੀਅਲ ਸਾਡਾ ਐਗਰੀਮੈਂਟ ਹੋਇਆ ਜਿਹੜਾ ਕਿ ਮੈਂ ਡਿਸਕਲੇਮ ਕਰ ਸਕਦਾ ਮਤਲਬ ਮੈਂ ਉਹ ਹੈਪੀ ਹਾਂ ਐਂਡ ਆਫ ਦੀ ਡੇ ਜੀ ਵੀ ਸਾਰੇ 13-12-13 ਸਾਲ ਤੇ 14 ਸਾਲ ਤੱਕ ਲੜਾਈ ਛੱਡੀ ਤੇ ਰੋਜ਼ ਵੀ ਸਵੇਰੇ ਉੱਠ ਕੇ ਜਾਣਾ ਟਾਈ ਲਾ ਕੇ 4000 ਡਾਲਰ ਵਕੀਲ ਨੂੰ ਦੇ ਕੇ ਆਉਣਾ ਤੇ ਉਹਨੂੰ ਰੋਟੀਆਂ ਵੀ ਖਵਾ ਕੇ ਆਉਣੀਆਂ ਉਹਨੂੰ 3 ਲੱਖ ਦਾ ਫੂਡ ਵੀ ਦੇਣਾ ਹੈ ਫਿਰ ਤੁਸੀਂ ਘਰੇ ਆਉਂਦੇ ਹੋ ਤੁਹਾਡਾ ਬਾਰਡਰ ਤੁਹਾਨੂੰ ਕਹਿੰਦਾ ਵੀ ਸ਼ਾਬਾਸ਼ ਅੱਜ ਤੋਂ ਫਿਰ ਖੜਾ ਰਿਹਾ ਜੀ ਮਤਲਬ ਇਹ ਬਹੁਤ ਕਿਸਮਤ ਵਾਲੇ ਬੰਦਿਆਂ ਕੋਲੇ ਇਹ ਹੁੰਦਾ ਨਹੀਂ ਆਮ ਤਾਂ ਹੈਗਾ ਜੇ ਤੁਸੀਂ ਸਟਰੋਂਗ ਹੋਵੋਗੇ ਤਾਂ ਤੁਹਾਡੇ ਪਿੱਛੇ ਬਣ ਰਹੇ ਤੁਹਾਡਾ ਇਸ਼ੂ ਕਰ ਦੇਣੀ ਕਿਉਂ ਪੈਸੇ ਖਰਾਬ ਕਰ ਰਹੇ ਬਿਲਕੁਲ ਉਹਦੇ ਦੌਰਾਨ ਮੈਨੂੰ ਬਹੁਤ ਵਾਰ ਹੁੰਦਾ ਸੀਗਾ ਕਿ ਮੈਨੂੰ ਦਿੰਦੇ ਸੀ ਉਹ ਆ ਕੇ ਵੀ ਲਾਲਚ ਇੱਕ ਵਾਰ ਕੀ ਹੋਇਆ ਮੈਨੂੰ ਉਹਨਾਂ ਨੇ ਕੌਂਸਲ ਦੇ ਵਿੱਚ ਸੱਦਿਆ ਇਹ ਮੇਰੀ ਸ਼ਬਦ ਪਹਿਲਾਂ ਦੀ ਗੱਲ ਹੈ ਜੋ ਉਧਰੋਂ ਮੇਰੇ ਤੇ ਪੂਰਾ ਪ੍ਰੈਸ਼ਰ ਇਹਨੇ ਪਾਇਆ ਹੋਇਆ ਉਸ ਟਾਈਮ ਇਹਦਾ ਹੌਸਪੀਟਲ ਵੀ ਬੰਦ ਕਰਾ ਦਿਓ ਆਹ ਵੀ ਕਰਾ ਦਿਓ ਇਹ ਟਰਾਈ ਕਰ ਰਹੇ ਸੀ ਤੇ ਉਹ ਮੈਂ ਉੱਥੇ ਮੈਨੂੰ ਇਹਨਾਂ ਨੇ ਸੱਦ ਕੇ ਕੌਂਸਲ ਦੇ ਵਿੱਚ ਕਹਿੰਦੇ ਵੀ ਆਹ ਚੱਕੋ ਇੰਨੇ ਪੈਸੇ ਆਹ ਚੱਕ ਲਾਇਸੈਂਸ ਆਪਣਾ ਤੇ ਜਦੋਂ ਆਰਾਮ ਨਾਲ ਪ੍ਰੈਕਟਿਸ ਕਰ ਤੈਨੂੰ ਜ਼ਿੰਦਗੀ ਜਿੱਥੇ ਕੁਛ ਨਹੀਂ ਕਹਿੰਦੇ ਤੈਂ ਕੀ ਲੈਣਾ ਇਹਨਾਂ ਤੋਂ ਪੰਜਾਬੀਆਂ ਤੋਂ ਸਾਰੇ ਤੇਰੇ ਉਲਟ ਨੇ ਬਹੁਤੇ ਤੈਨੂੰ ਐਂ ਕਹਿੰਦੇ ਆ ਤੇ ਮੈਂ ਕਿਹਾ ਵੀ ਓਕੇ ਮੈਂ ਆਪਦੇ ਪਾਰਟਨਰ ਨਾਲ ਗੱਲ ਕਰ ਲਾ ਆਪਣੀ ਵਾਈਫ ਨਾਲ ਮੈਂ ਬਾਹਰੋਂ ਆ ਕੇ ਫੋਨ ਕੀਤਾ ਤੇ ਵਾਈਫ ਨੇ ਮੈਨੂੰ ਇਹ ਕਿਹਾ ਵੀ ਹੱਥ ਲੈ ਗਈ ਵੀ ਤੂੰ ਮੇਰੇ ਤੋਂ ਪੁੱਛਣ ਲਈ ਕੀਤਾ ਐਡੀ ਕੱਡੀ ਸੋਚ ਆਪਣੀ ਕਦੋਂ ਹੋ ਗਈ ਵੀ ਤੂੰ ਪੈਸੇ ਲੈ ਕੇ ਉੱਠ ਕੇ ਆਈਆਂ ਤੂੰ ਜੀ ਬਣਾਈਆਂ ਤੇ ਗੁਰਿਆਂ ਦੀਆਂ ਜਿਹੜੇ ਓਲਡ ਬੋਆਏ ਕਲੱਬ ਸੀ ਕੌਂਸਲ ਦੀਆਂ 9 ਟੇਪਾਂ ਬਣਾਈਆਂ ਮਤਲਬ ਤੁਸੀਂ ਬਿਲੀਵ ਨੀ ਕਰਨਾ ਵੀ ਘੱਟੋ ਘੱਟ 70-80 ਉਹ ਟੇਪਾਂ ਜਿਹੜੀਆਂ ਪਲੇ ਹੋਈਆਂ ਇਸ ਕੋਰਟ ਦੇ ਵਿੱਚ ਜੀ ਉਹ ਸਾਡੀ ਭੈਣ ਦਾ ਸਾਰਾ ਉਹ ਸਿਸਟਮ ਸੀਗਾ ਉਹਨੇ ਕੀਤਾ ਹੈ ਜੀ ਸੋ ਬਾਕੀ ਪਰਮਾਤਮਾ ਵੱਲੋਂ ਇਹ ਹੁੰਦਾ ਜੋ ਤੁਸੀਂ ਕਿਸੇ ਸੱਚ ਤੇ ਖੜੇ ਹੁੰਦੇ ਹੋ ਸਾਈਡਾਂ ਤੋਂ ਲੋਕ ਆ ਕੇ ਤੁਹਾਡੇ ਨਾਲ ਜੁੜੇ ਜਾਂਦੇ ਆ ਜੀ ਉਹ ਤੁਹਾਡੀ ਹੈਲਪ ਕਰਨ ਵਾਲੇ ਹੁੰਦੇ ਆ ਮੇਰੇ ਸਾਡੇ ਨਾਲ ਮੇਰੇ ਸਾਥੀ ਸੀਗੇ 12 ਉਹ ਵੀ ਨਾਲ ਖੜੇ ਰਹੇ ਉਸ ਟਾਈਮ ਤੱਕ ਜਿਹੜੀ ਜਦੋਂ ਤੱਕ ਡਿਸੀਜਨ ਆਇਆ ਉਹਨਾਂ ਚੋਂ ਜਿਹੜੀ
ਮਤਲਬ ਮੈਂ ਕਹਿੰਦਾ ਬੜੇ ਚੰਗੇ ਇਨਸਾਨ ਦੋ ਚਾਰ ਐਸੇ ਚੰਗੇ ਇਨਸਾਨ ਵੀ ਵਿੱਚੋਂ ਹੈਗੇ ਸੀ ਜਿਹਨਾਂ ਦਾ ਕੇਸ ਨਾਲ ਕੋਈ ਸੰਬੰਧ ਨਹੀਂ ਸੀ ਤੇ ਮੈਂ ਉਹਨਾਂ ਕੋਲ ਜਾਂਦਾ ਸੀ ਵੀ ਯਾਰ ਪੈਸੇ ਦੀ ਹੁਣ ਲੋੜ ਹੈ ਆਪਾਂ ਨੂੰ ਹੋਰ ਪੈਸੇ ਲੱਗ ਰਹੇ ਆ ਉਹਨਾਂ ਨੇ 5,000 10,000 ਦਾ ਚੈੱਕ ਦੇ ਦੇਣਾ ਤੇ ਉਹ ਬੜੀ ਮਾਣ ਵਾਲੀ ਗੱਲ ਹੁੰਦੀ ਸੀ ਉਸ ਟਾਈਮ ਕਿ ਵੀ ਕੈਨੇਡਾ ਦੇ ਜਿੰਨੇ ਵੀ ਹੋਰ ਸੂਬੇ ਨੇ ਉਹਦੇ ਵਿੱਚ ਜਿਹੜੇ ਫੋਰਨ ਟ੍ਰੇਨਡ ਵੈਟਰਨਰੀ ਡਾਕਟਰਸ ਨੇ ਉਹਨਾਂ ਨੂੰ ਇੱਕ ਇੰਟਰਨ ਲਾਇਸੈਂਸ ਮਿਲ ਜਾਂਦਾ ਪ੍ਰੈਕਟਿਸ ਕਰਨ ਵਾਸਤੇ ਇਹ ਇਹ ਇਸ਼ੂ ਕੀ ਹੈ ਕਿਉਂਕਿ ਹੁਣ ਬੀਸੀ ਦੇ ਵਿੱਚ ਕਈ ਰਹੇ ਪਿਛਲੇ ਸਾਲਾਂ ਦੇ ਵਿੱਚ ਕਿਉਂਕਿ ਨਵੇਂ ਲੋਕ ਬਹੁਤ ਆਏ ਨੇ ਤੇ ਹੁਣ ਜਿਹੜੀ ਨਵੀਂ ਵੇਵ ਆਫ ਇਮੀਗ੍ਰੇਸ਼ਨ ਆ ਉਹਨਾਂ ਦੇ ਵਿੱਚ ਪ੍ਰੋਫੈਸ਼ਨਲਸ ਕਾਫੀ ਆ ਰਹੇ ਨੇ ਬਿਲਕੁਲ ਤੇ ਕਈ ਰਹੇ ਵੈਟਰਨੇਰੀਅਨਸ ਨੇ ਜਿਹਨਾਂ ਦਾ ਉੱਥੋਂ ਐਕਸਪੀਰੀਅੰਸ ਵੀ ਆ ਜਿਹਨਾਂ ਦੀ ਕੁਆਲੀਫਿਕੇਸ਼ਨ ਵੀ ਆ ਪਰ ਉਹਨਾਂ ਨੂੰ ਇੰਟਰਨ ਲਾਇਸੈਂਸ ਨਹੀਂ ਮਿਲਦਾ ਇੱਥੇ ਪ੍ਰੈਕਟਿਸ ਕਰਨ ਵਾਸਤੇ ਬੀਸੀ 'ਚ ਬਾਕੀ ਸੂਬਿਆਂ 'ਚ ਮਿਲ ਜਾਂਦਾ ਸੋ ਇਹਦੀ ਕੀ ਡਿਟੇਲ ਆ ਬੋਲੋ ਸਰ ਇਹਦੀ ਡਿਟੇਲ ਸਾਨੂੰ ਤਕਰੀਬਨ 4 ਸਾਲ ਮੈਨੂੰ ਹੋ ਗਿਆ ਜਦੋਂ ਪੋਲਜੀ ਤੋਂ ਪਹਿਲਾਂ ਹੀ 2016 ਤੋਂ ਲੱਗੇ ਹੋਏ ਆ ਸਾਡੀ ਮਿਨਿਸਟਰ ਆਫ ਐਗਰੀਕਲਚਰ ਦੇ MDP ਦੇ ਆ ਉਹਨਾਂ ਨਾਲ 12 ਅਪ੍ਰੈਲ 2018 ਨੂੰ ਮੀਟਿੰਗ ਹੋਈ ਜਿਹਦੇ ਅਸੀਂ 5 ਡਾਕਟਰ ਸੀਗੇ ਵਿਕਟੋਰੀਆ ਗਏ ਸਾਡੇ 4 ਸਾਊਥ ਏਸ਼ੀਅਨ ਮੂਲ ਦੇ MLA ਨੇ ਉਹ ਵੀ ਉੱਥੇ ਸੀਗੇ ਉਦੋਂ ਅਸੀਂ ਇਹ ਮਸਲਾ ਉਠਾਇਆ ਵੀ ਇਹ ਧੱਕੇਸ਼ਾਹੀ ਹੈ ਇਹ ਰੇਸਿਸਟ ਕਾਲਜ ਪਹਿਲਾਂ ਹੀ ਰਿਹਾ ਕਿਉਂਕਿ ਮੈਨੂੰ ਇਹ ਕਹਿਣ ਕੋਈ ਝਿਜਕ ਨਹੀਂ ਹੈਗੀ ਕਿਉਂਕਿ ਇੱਕ ਸਿਸਟੈਮਿਕ ਡਿਸਕ੍ਰੀਮੀਨੇਸ਼ਨ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਰੇਸਿਜ਼ਮ ਉਹ ਕਾਲਜ ਦੇ ਇੱਕ ਬਲੈਕ ਆਈ ਆ ਕਾਲਜ ਦੀ ਇੱਕ ਰੇਸਿਸਟ ਕਾਲਜ ਰਿਹਾ ਇਹ ਚਲੋ ਇਹਦੇ 'ਚ ਤੁਸੀਂ ਕੁਛ ਬਦਲ ਲਿਆ ਹੁਣ ਗੌਰਮੈਂਟ ਦੇ ਅੰਡਰ ਵੀ ਆ ਗਿਆ ਇਹ ਪਹਿਲਾਂ ਗੌਰਮੈਂਟ ਦੇ ਅੰਡਰ ਨਹੀਂ ਸੀਗਾ ਤੁਸੀਂ ਹਮੇਸ਼ਾ ਹੀ ਸਾਨੂੰ ਕਹਿੰਦੇ ਸੀ ਕਿ ਸਾਡੇ ਦਾ ਹੀ ਅੰਡਰ ਨਹੀਂ ਹੈ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਹੁਣ ਤਾਂ ਤੁਸੀਂ ਇੰਟਰਫੇਅਰ ਕਰ ਸਕਦੇ ਤੇ ਉਹ 2018 ਅਪ੍ਰੈਲ 2012 ਦੀ ਗੱਲ ਹੈ ਉਸ ਤੋਂ ਚੱਲਦਾ ਚਲਾਉਂਦਾ 2019 ਦੇ ਵਿੱਚ ਵੀ ਮੀਟਿੰਗਾਂ ਹੋਈਆਂ ਸਾਡੀਆਂ ਫਿਰ 6 ਇੱਥੇ MLA ਸਰੀ ਦੇ ਤੇ ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਵੀ ਇਹ ਮਸਲਾ ਅਸੀਂ ਦੁਬਾਰਾ ਫਿਰ ਉਠਾਇਆ ਪਰ ਪਤਾ ਨਹੀਂ ਹੁਣ ਸਰਕਾਰਾਂ ਇੱਕੋ ਜਿਹੀਆਂ ਹੁੰਦੀਆਂ ਨੇ ਮਤਲਬ ਰੱਬ ਪਰਮਾਤਮਾ ਹੀ ਜਾਣਦਾ ਤੇ ਜਦੋਂ ਲਿਬਰਲ ਦੀ ਪ੍ਰੋਬਲਮ ਚੱਲ ਰਹੀ ਸੀ ਉਦੋਂ NDP ਸਾਡੇ ਬਹੁਤ ਹੱਕ ਦੀ ਖੜੀ ਹੈ ਕੋਈ ਦੌਰਾ ਨਹੀਂ ਹੁਣ ਤਾਂ ਅਸੀਂ ਇਹਨਾਂ ਨੂੰ ਇਹੀ ਰਿਕੁਐਸਟ ਹੀ ਕਰਦੇ ਹਾਂ ਵੀ ਪਲੀਜ਼ ਇਹ ਜ਼ਰੂਰ ਹੈ ਸਾਰੀਆਂ ਸਟੇਟਾਂ ਦੇ ਵਿੱਚ ਜਦੋਂ ਪਹਿਲਾ ਐਗਜ਼ਾਮ ਤੁਸੀਂ ਪਾਸ ਕਰਦੇ ਹੋ ਥਿਉਰੀ ਦਾ ਤੁਹਾਨੂੰ ਰਿਸਟ੍ਰਿਕਟਡ ਲਾਇਸੈਂਸ ਮਿਲ ਜਾਂਦਾ ਓਕੇ ਜਦੋਂ ਤੁਸੀਂ ਸੈਕਿੰਡ ਥਿਉਰੀ ਦਾ ਇੱਕ ਵੱਡਾ ਪੇਪਰ ਆਉਂਦਾ ਉਹ ਪਾਸ ਕਰਦੇ ਹੋ ਤੁਹਾਨੂੰ ਟੈਂਪਰੇਰੀ ਲਾਇਸੈਂਸ ਮਿਲ ਜਾਂਦਾ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਫਿਰ ਤੁਸੀਂ ਉਸ ਤੋਂ ਬਾਅਦ 2 ਹੋਰ ਦਿੰਦੇ ਹੋ ਪੇਪਰ ਜਿਹੜੇ ਪ੍ਰੈਕਟੀਕਲ ਹੁੰਦੇ ਆ ਫਿਰ ਤੁਹਾਨੂੰ ਫੁੱਲ ਲਾਇਸੈਂਸ ਮਿਲ ਜਾਂਦਾ ਉਹ ਹਰ ਸਟੇਟ ਦੇ ਵਿੱਚ 10-10 ਸਾਲ ਤੋਂ ਚੱਲ ਰਿਹਾ ਉੱਥੇ ਉਹਨਾਂ ਦਾ ਬੜਾ ਵਧੀਆ ਵਰਕਆਊਟ ਕਰ ਰਿਹਾ ਤੇ ਉਹ ਰਿਟੇਨ ਕਰ ਰਿਹਾ ਇੱਥੋਂ ਆਪਦੇ ਵਟਨੇਰੀਅਨ ਨੂੰ ਹੁਣ ਇੱਥੇ ਜਿਹੜਾ ਵਟਨੇਰੀਅਨ ਦੀ ਫੈਮਿਲੀ ਟਾਈ ਹੈ ਉਹੀ ਬੀਸੀ 'ਚ ਰਹਿੰਦਾ ਦੂਸਰਾ ਰੋਹਟਾ ਚਲਾ ਜਾਂਦਾ ਕੋਈ ਦੂਸਰੇ ਪਾਸੇ ਚਲਾ ਜਾਂਦਾ ਜਿੱਥੇ ਇੱਥੇ ਉਹਨੇ $10 ਘੰਟੇ ਦੇ ਕਮਾਉਣੇ ਆ $11 ਕਮਾਉਣੇ ਆ ਉੱਥੇ ਉਹਨੂੰ $70-80 ਮਿਲਣਾ ਰਾਈਟ ਵੇ ਨਾਲ ਆਪਣੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਆਪਣੇ ਪ੍ਰੋਫੈਸ਼ਨ ਚ ਪਾਸ ਕਰ ਲਈ ਸੌਖਾ ਹੈ ਜਦੋਂ ਉਹਨੇ ਨੇਵਲੇ ਕੱਢ ਲਿਆ ਤਾਂ 1,00,000 ਤੋਂ ਉੱਪਰ ਜਾਣੀ ਉਹਦੀ ਪੇ ਉਸ ਤੋਂ ਬਾਅਦ ਮਤਲਬ ਉਹ ਰਾਈਟ ਵੇ ਉਹਦੇ ਪ੍ਰੋਫੈਸ਼ਨ ਦੇ ਵਿੱਚ ਇੰਟਰ ਹੁੰਦਾ ਤੇ ਫਿਰ ਉਹਨੂੰ ਸੌਖਾ ਲੱਗਦਾ ਐਗਜ਼ਾਮ ਦੇਣਾ ਵੀ ਜਦੋਂ ਤੁਸੀਂ ਉਸ ਇਨਵਾਇਰਮੈਂਟ 'ਚ ਰਹਿੰਦੇ ਹੋ ਤੁਸੀਂ ਡੀਮੋਰਲਾਈਜ਼ ਨਹੀਂ ਹੁੰਦੇ ਤੁਹਾਡੀ ਡਿਗਨਿਟੀ ਨੂੰ ਇੰਜਰੀ ਨਹੀਂ ਹੁੰਦੀ ਇੱਕ ਤਰ੍ਹਾਂ ਪਰ ਇਹ ਪਤਾ ਨਹੀਂ ਐਸਾ ਇਹ ਮਤਲਬ ਕਾਲਜ ਹੱਦ ਵਾਲੀ ਗੱਲ ਹੈ ਵੀ ਉਧਰੋਂ ਬੈਂਕੂਰ ਸੰਨ ਦੇ ਵਿੱਚ ਉਧਰੋਂ ਨਿਊਜ਼ ਦੇ ਰਿਹਾ ਸਾਡਾ ਜਿਹੜਾ ਚੈਪਟਰ ਹੁੰਦਾ ਹੈਗਾ ਇੱਕ ਕਾਲਜ ਹੈ ਇੱਕ ਨਾਲ ਵੈਟਰਨੇਰੀਅਨ ਦੀ ਸੰਸਥਾ ਬਣੀ ਹੋਈ ਹੈ ਉਹਨਾਂ ਨੇ ਨਿਊਜ਼ ਦਿੱਤੀ ਬੈਂਕੂਰ ਸੰਨ ਦੇ ਵਿੱਚ ਕਿ ਸਾਨੂੰ 20 ਡਾਕਟਰ ਗੌਰਮੈਂਟ ਇੱਥੋਂ $10 million ਦਾ ਦੇਵੇ ਤਾਂ ਜੋ ਸੰਸਕਰਤ ਦੇ ਵਿੱਚ 20 ਸੀਟਾਂ ਖਾਲੀ ਹੋਈਆਂ ਨੇ ਬੀਸੀ ਤੁਸੀਂ 20 ਬੈਡ ਉੱਥੇ ਭੇਜਿਆ ਕਰੀਏ ਅੱਛਾ ਜੀ ਉਹ ਜਦੋਂ ਮੈਂ ਦੇਖਿਆ ਉਹ ਨਿਊਜ਼ ਪੜ੍ਹੀ ਵੀ ਸਾਡੇ ਤਾਂ 30 ਬੰਦੇ ਇੱਥੇ ਸਕਿਉਰਟੀ ਜੋਬ ਕਰਦੇ ਚਾਲੀ ਤੁਸੀਂ ਅੱਜ ਅਜੇ ਮੁੰਡਾ ਇਹਨੂੰ ਬੱਚੇ ਨੂੰ ਭੇਜਣਾ ਉਹ 5 ਸਾਲਾਂ ਨੂੰ ਕਿਤੇ ਬਣੂਗਾ ਜਾ ਕੇ ਰਾਈਟ ਤੁਸੀਂ ਉਹਦੇ ਲਈ ਤਾਂ ਬਹੁਤ ਫਿਕਰਮੰਦ ਹੈਗੇ ਕਿ ਸਾਡੇ ਬੱਚੇ ਇੱਥੇ ਜਾ ਰਹੇ ਉਹ ਸਾਡੇ ਵੀ ਬੱਚੇ ਆਏ ਨੇ ਇੱਥੋਂ ਪੜ੍ਹ ਕੇ ਜਿਹੜੇ ਹੁਣ ਇੱਥੇ ਬਹੁਤੇ ਬੜਨੇ ਨੇ ਉਹਨਾਂ ਦੇ ਬੱਚੇ ਬਾਹਰੋਂ ਪੜ੍ਹ ਕੇ ਆਏ ਆ ਕੋਈ ਜੋ ਪੀਏ ਜੋ ਪੜ੍ਹ ਰਹੇ ਆ ਬਹੁਤਿਆਂ ਦੇ ਈਵਨ ਦੂਸਰੇ ਲੋਕਾਂ ਲਈ ਪੜ੍ਹ ਰਹੇ ਆ ਇਕੱਲੇ ਬੜ ਰਹੇ ਹੁੰਦੇ ਨੇ ਤੇ ਉਹਨਾਂ ਲਈ ਤਾਂ ਤੁਸੀਂ ਕੁਛ ਸੋਚਦੇ ਨੀ ਉਹ ਵੀ ਤੁਹਾਡੇ ਕੁਆਲੀਫਾਈਡ ਹੀ ਹੈਗੇ ਆ ਡਾਕਟਰ ਜੀ ਤੇ ਤੁਸੀਂ ਇੱਥੋਂ ਤੋਂ 10 ਮਿਲੀਅਨ ਦੀ ਮੰਗ ਕਰ ਰਹੇ ਸੋ ਹੁਣ ਮੁੜ ਕੇ ਕੇ ਜਿਹੜੀ ਇਹ ਗੱਲ ਹੈ ਸਾਰੀ ਇਹ ਹੁਣ ਕਿੱਥੇ ਖੜੀ ਹੈ ਕਿ ਇਸ ਦੀ ਜੋ ਰਿਪ੍ਰੈਜੈਂਟੇਸ਼ਨ ਤੁਸੀਂ ਕਰ ਚੁੱਕੇ ਇਸ ਦੇ ਬਾਰੇ ਸਰਕਾਰੀ ਦਰਬਾਰੇ ਵੀ ਗੱਲ ਚਲੀ ਗਈ ਇਸ ਦੇ ਬਾਰੇ ਕਾਲਜ ਕੋਲ ਵੀ ਰਿਪ੍ਰੈਜੈਂਟੇਸ਼ਨ ਤੁਸੀਂ ਕਹਿ ਰਹੇ ਹੋ 4-5 ਸਾਲ ਤੋਂ ਹੋ ਰਹੀ ਹੈ ਸੋ ਇਹ ਅਜੇ ਤੱਕ ਬਸ ਜੋ ਗੱਲ ਹੈ ਉੱਥੇ ਦੀ ਉੱਥੇ ਹੀ ਘੁੰਮੀ ਜਾ ਰਹੀ ਹੈ ਉੱਥੇ ਘੁੰਮੀ ਜਾਂਦੇ ਜਦੋਂ ਹੁਣ AGM ਹੁੰਦਾ ਸਾਡਾ ਹਰ ਸਾਲ ਉਹਦੇ ਹਰ AGM ਦੇ ਵਿੱਚ ਮੈਂ ਮਸਲਾ ਉਠਾਉਣਾ ਖੜਾ ਕਿ ਵੀ ਭਾਈ ਤੁਸੀਂ ਕਿਉਂ ਨਹੀਂ ਦੇ ਰਹੇ ਲਾਇਸੈਂਸ ਜੀ ਕੀ ਪ੍ਰੋਬਲਮ ਹੈ ਤੁਹਾਡੀ ਤੇ ਕਹਿੰਦੇ ਨਹੀਂ ਵੀ ਵਰਕਿੰਗ ਔਨ ਇਟ ਸੋ ਇਹੋ ਜਵਾਬ ਆਉਂਦਾ ਇਹ ਜਵਾਬ ਵਰਕਿੰਗ ਔਨ ਇਟ ਸੋ ਇਸ ਵੇਲੇ ਜੇ ਹੋਰ ਗੱਲ ਕਰੀਏ ਕਿ ਜਿਹੜੇ ਨੰਬਰ ਆਫ ਵੈਟਰਨੇਰੀਅਨਸ ਨੇ
ਅਜੇ ਵੀ ਜੇ ਕੋਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੇ ਪੇਪਰ ਪਾਸ ਕਰ ਲੈਂਦਾ ਤੇ ਸਥਿਤੀ ਤੇ ਫਿਰ ਉੱਥੇ ਦੀ ਉੱਥੇ ਹੀ ਖੜੀ ਰਹੀ ਕਿ ਜੋ ਤੁਹਾਡੇ ਜੋ ਤੁਹਾਨੂੰ ਮੁਸ਼ਕਲਾਂ ਪੇਸ਼ ਆਈਆਂ ਸਨ ਕਿ ਅਜੇ ਇਹ ਨਹੀਂ ਕਿ ਜੇ ਕਿਸੇ ਨੇ ਪੇਪਰ ਪਾਸ ਕਰ ਲਿਆ ਤੇ ਉਹ ਇੰਟਰਨਸ਼ਿਪ ਨਹੀਂ ਕਰ ਸਕਦੇ ਫਿਰ ਸਿੱਧੀ ਆਪਣੇ ਆਪ ਚ ਕੋਈ ਦੋ ਚਾਰ ਬੰਦੇ ਉੱਠਣ ਉਹਨਾਂ ਦੇ ਹੱਕ ਚ ਖੜਨ
ਤੇ ਉਹ ਇਹ ਨਾ ਸੋਚੋ ਵੀ ਮੈਂ ਆ ਗਿਆ ਤੇ ਬਸ ਵਾਧੂ ਹੈ ਹੁਣ ਲੋੜ ਨੀ ਗਾਣੇ ਦੀ ਇੱਕ ਇਹ ਡਿਫਰੈਂਟ ਫੀਲਿੰਗ ਹੈ ਪਰਮਾਤਮਾ ਵੱਲੋਂ ਇੱਕ ਡਿਫਰੈਂਟ ਤੁਹਾਨੂੰ ਕਾਰਜ ਦਿੱਤਾ ਜਾਂਦਾ ਹੈ ਤੇ ਇਹਦੀ ਫੀਲਿੰਗ ਹੀ ਡਿਫਰੈਂਟ ਹੈ ਇਹਦੀ ਰਿਵਾਰਡ ਡਿਫਰੈਂਟ ਹੈ ਇਹਦਾ ਬਹੁਤ ਕੁਛ ਮਿਲਦਾ ਪਰਮਾਤਮਾ ਤੋਂ ਜੋ ਤੁਸੀਂ ਕਿਸੇ ਦੀ ਸਟੈਂਡ ਕਰਦੇ ਹੋ ਕਿਸੇ ਔਲਾਦ ਦੀ ਸਟੈਂਡ ਕਰਦੇ ਹੋ ਜਿੱਥੇ ਵਿਚਾਰੇ ਆਪ ਨੀ ਫਾਈਟ ਕਰ ਸਕਦੇ ਨਵੇਂ ਬੰਦੇ ਆਏ ਆ ਨਾ ਉਹਨਾਂ ਕੋਲ ਪੈਸਾ ਹੁੰਦਾ ਸੋ ਇੱਕ ਦੂਜਿਆਂ ਨੂੰ ਵੀ ਮੈਂ ਕਹੂੰ ਪ੍ਰੋਫੈਸ਼ਨ ਦੇ ਵਿੱਚੋਂ ਪਲੀਜ਼ ਤੁਹਾਨੂੰ ਇੱਕ ਗੈਟ ਟੁਗੈਦਰ ਸੰਸਥਾ ਕਰੋ ਜਿਹਦੇ ਸਾਰੇ ਇਕੱਠੇ ਹੋਵੋ ਜਿਹੜੇ ਬੰਦੇ ਅਫੋਰਡ ਕਰਦੇ ਆ ਇੰਨੀ ਕਮਿਊਨਿਟੀ ਆਪਣੀ ਦਾਨੀ ਹੈ ਦਾਨ ਕਰ ਸਕਦੀ ਹੈ ਇਕੱਠੇ ਕਰ ਸਕਦੇ ਉਹਨਾਂ ਨੂੰ ਜੀ ਬਹੁਤ ਮਿਹਰਬਾਨੀ ਡਾਕਟਰ ਭੁੱਲਰ ਥੈਂਕ ਯੂ ਜੀ ਡਾਕਟਰ ਹਾਕਮ ਭੁੱਲਰ ਜੋ ਕਿ ਵੈਟਰਨੇਰੀਅਨ ਹਨ ਉਹਨਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਤੇ ਇਸ ਵੇਲੇ ਜਿਹੜਾ ਡੀ ਸੀ ਵੈਟਰਨਰੀ ਕਾਲਜ ਨੂੰ ਇਹ ਇਲਤਜਾ ਬੜਾ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਫੋਰਨ ਟ੍ਰੇਨਡ ਵੈਟਰਨੇਰੀਅਨ ਨੇ ਜਿਨ੍ਹਾਂ ਨੇ ਪੇਪਰ ਪੂਪਰ ਆਪਣੇ ਪਾਸ ਕਰ ਲਏ ਹੁੰਦੇ ਨੇ ਉਹਨਾਂ ਵਾਸਤੇ ਕੋਈ ਇੰਟਰਿਮ ਲਾਈਸੈਂਸਿੰਗ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇ ਤਾਂ ਕਿ ਜਿਹੜੇ ਉਹ ਵੈਟਰਨੇਰੀਅਨਸ ਨੇ ਉਹ ਸਿੱਧੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਜਾ ਕੇ ਐਟਲੀਸਟ ਕੰਮ ਕਰਨਾ ਸ਼ੁਰੂ ਕਰ ਸਕਣ ਖਾਸ ਤੌਰ 'ਤੇ ਉਦੋਂ ਜਦੋਂ ਕਿ ਇੱਥੇ ਇਸ ਇਲਾਕੇ ਦੇ ਵਿੱਚ ਵੈਟਰਨੇਰੀਅਨਸ ਦੀ ਡਿਮਾਂਡ ਵੀ ਹੈ ਇਸੇ ਤਰ੍ਹਾਂ ਦੇ ਪੈਰਲਲਸ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਣ ਕਿਉਂਕਿ ਕਾਫੀ ਸਾਰੇ ਅਜਿਹੇ ਪ੍ਰੋਫੈਸ਼ਨਲਸ ਨੇ ਜਿਹੜੇ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਆਏ ਨੇ ਅਤੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਬੜੀਆਂ ਡਿਫੀਕਲਟੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਤੁਸੀਂ ਵੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਇਸ ਵੇਲੇ ਜੂਝ ਰਹੇ ਹੋ ਐਂਟਰੀ ਕਰਨ ਵਾਸਤੇ ਜੇ ਤੁਸੀਂ ਆਪਣਾ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 604-561-0915 'ਤੇ 604-561-0915 ਕਿ ਆਪਣੇ ਪ੍ਰੋਫੈਸ਼ਨ ਦੇ ਵਿੱਚ ਪ੍ਰੈਕਟਿਸ ਕਰਨ ਵਾਸਤੇ ਭਾਵੇਂ ਤੁਸੀਂ ਕਿਸੇ ਵੀ ਪ੍ਰੋਫੈਸ਼ਨ ਨੂੰ ਬਿਲੋਂਗ ਕਰਦੇ ਹੋ ਡਾਕਟਰ ਹੋ ਲੋਇਰ ਹੋ ਇੰਜੀਨੀਅਰ ਹੋ ਅਕਾਊਂਟੈਂਟ ਹੋ ਜਾਂ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਹੋ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜੇ ਤੁਸੀਂ ਉਸ ਦੌਰ 'ਚੋਂ ਨਿਕਲ ਗਏ ਜਾਂ ਜੇ ਨਿਕਲ ਰਹੇ ਹੋ ਤਾਂ ਕਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਪੇਸ਼ ਆ ਰਹੀਆਂ ਨੇ ਕੁਝ ਮਿੰਟ ਵਾਸਤੇ ਅਸੀਂ ਇਸ ਵਿਸ਼ੇ 'ਤੇ ਤੁਹਾਡੀਆਂ ਕਾਲਸ ਲੈ ਸਕਾਂਗੇ ਇਫ ਯੂ ਵਿਸ਼ ਟੂ ਐਡ ਟੂ ਦਿਸ ਕਨਵਰਸੇਸ਼ਨ ਇਹ ਤੁਸੀਂ ਗੱਲ ਸੁਣੀ ਡਾਕਟਰ ਹਾਕਮ ਭੁੱਲਰ ਦੀ ਇਹਨਾਂ ਦੀ ਗੱਲ ਤਜਰਬੇ ਵਾਲੀ ਗੱਲ ਸੀ ਆਪਣੇ ਉੱਪਰ ਹੰਢਾਏ ਜੋ ਮੁਸ਼ਕਲ ਸੀ ਉਸ ਦੀ ਗੱਲ ਸੀ